ਇੱਕ ਕਾਰ ਪੁਲ ਤੋਂ ਹੇਠਾਂ ਡਿੱਗ ਗਈ ਕਿਉਂਕਿ ਇਸ ਗੱਡੀ ਤੇ ਅੱਗੇ ਇੱਕ ਅਵਾਰਾ ਪਸ਼ੂ ਆ ਗਿਆ ਸੀ ਜਿਸ ਕਾਰਨ ਇਹ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ਦੇ ਵਿੱਚ 3 ਵਿਅਕਤੀ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ 2 ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਦੇ ਵਿੱਚ ਗੱਡੀ ਦੇ ਪਰਖੱਚੇ ਉੱਡ ਗਏ। ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਤੇ ਵੀ ਭੜਾਸ ਕੱਢੀ ਹੈ ਤੇ ਕਿਹਾ ਕਿ ਅਵਾਰਾ ਪਸ਼ੂਆਂ ਦੇ ਕਾਰਨ ਅਜਿਹੇ ਹਾਦਸੇ ਹੋ ਰਹੇ ਨੇ ਜਿਸ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਨੇ। ਇਹ ਹਾਦਸਾ ਹੁਸ਼ਿਆਰਪੁਰ ਦੇ ਵਿੱਚ ਵਾਪਰਿਆ ਹੈ ਜਿੱਥੇ ਇਹ ਮਾਰੂਤੀ ਸਵਿਫਟ ਡਿਜ਼ਾਇਰ ਕਾਰ ਪੁਲ ਤੋਂ ਹੇਠਾਂ ਡਿੱਗ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਡੂੰਘੀ ਖੱਡ ਦੇ ਵਿੱਚ ਕਾਰ ਡਿੱਗਣ ਕਰਕੇ ਕਾਰ ਦੇ ਵਿੱਚ ਸਵਾਰ 3 ਵਿਅਕਤੀਆਂ ਦੇ ਵਿੱਚੋਂ 1 ਦੀ ਮੌਤ ਹੋ ਗਈ ਅਤੇ 2 ਜਣੇ ਜ਼ਖਮੀ ਦੱਸੇ ਜਾ ਰਹੇ ਨੇ। ਮ੍ਰਿਤਕ ਦੀ ਪਹਿਚਾਣ ਹਰਜੀਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਮਹਿਜ਼ 55 ਸਾਲ ਸੀ ਅਤੇ ਜੋ ਪਿੰਡ ਹਰਦੋ ਖਾਨਪੁਰ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਿਕ ਗੱਡੀ ਦੇ ਵਿੱਚ ਸਵਾਰ ਵਿਅਕਤੀ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਤੋਂ ਆਪਣੇ ਕਿਸੇ ਰਿਸ਼ਤੇਦਾਰ ਦੀ ਖਬਰ ਲੈ ਕੇ ਪਿੰਡ ਨੂੰ ਵਾਪਸ ਜਾ ਰਹੇ ਸੀ ਤਾਂ ਅਚਾਨਕ ਉਹਨਾਂ ਦੀ ਗੱਡੀ ਦੇ ਅੱਗੇ ਅਵਾਰਾ ਜਾਨਵਰ ਆ ਗਿਆ ਅਤੇ ਜਾਨਵਰ ਨੂੰ ਬਚਾਉਂਦੇ ਹੋਏ ਉਹਨਾਂ ਨੇ ਆਪਣੀ ਗੱਡੀ ਦਾ ਸਟੀਅਰਿੰਗ ਘੁਮਾਇਆ ਪਰ ਗੱਡੀ ਦਾ ਸਟੀਅਰਿੰਗ ਘੁੰਮਿਆ ਪਰ ਇਹ ਕਾਰ ਬੇਕਾਬੂ ਹੋ ਕੇ ਇੱਕ ਖੱਡ ਦੇ ਵਿੱਚ ਜਾ ਡਿੱਗੀ ਜਿਸ ਕਾਰਨ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 2 ਜਣੇ ਜ਼ਖਮੀ ਹੋ ਗਏ। ਉੱਥੇ ਕਾਰ ਦੇ ਪਰਖੱਚੇ ਉੱਡ ਗਏ। ਗੱਲਬਾਤ ਦੌਰਾਨ ਪਿੰਡ ਹਰਦੋ ਖਾਨਪੁਰ ਦੇ ਸਾਬਕਾ ਸਰਪੰਚ ਨੇ ਕਿਹਾ ਕਿ ਸਾਰਾ ਸਾਲ ਹੀ ਹੁਸ਼ਿਆਰਪੁਰ ਦੇ ਵਿੱਚ ਅਵਾਰਾ ਜਾਨਵਰਾਂ ਦੀ ਭਰਮਾਰ ਸੜਕਾਂ ਤੇ ਰਹਿੰਦੀ ਹੈ ਜਿਸ ਕਾਰਨ ਸੜਕਾਂ ਉੱਤੇ ਕੀਮਤੀ ਜਾਨਾਂ ਜਾ ਰਹੀਆਂ ਨੇ। ਇੰਨਾ ਹੀ ਨਹੀਂ ਮਾਤਾ ਚਿੰਤਪੁਰਨੀ ਦੇ ਮੇਲੇ ਦੌਰਾਨ ਲੱਖਾਂ ਹੀ ਸੰਗਤ ਇਸ ਹਾਈਵੇ ਤੋਂ ਹਿਮਾਚਲ ਨੂੰ ਜਾਂਦੀ ਹੈ ਜਿਸ ਨੂੰ ਲੈ ਕੇ ਹਰ ਸਾਲ ਜ਼ਿਲ੍ਹਾ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ ਦੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਨੇ ਪਰ ਇਹਨਾਂ ਦਾਅਵਿਆਂ ਅਤੇ ਵਾਅਦਿਆਂ ਦੀ ਪੋਲ ਖੁੱਲਦੀ ਹੁਣ ਨਜ਼ਰ ਆ ਰਹੀ ਹੈ ਕਿਉਂਕਿ ਜਿੱਥੇ ਸੜਕਾਂ ਉੱਤੇ ਅਵਾਰਾ ਜਾਨਵਰਾਂ ਦੀ ਭਰਮਾਰ ਕਾਰਨ ਕਈ ਹਾਦਸੇ ਹੋ ਰਹੇ ਨੇ, ਮੌਤਾਂ ਹੋ ਰਹੀਆਂ ਨੇ, ਉੱਥੇ ਹੀ ਮੇਲੇ ਦੌਰਾਨ ਰਾਹਗੀਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਮੇਰੇ ਚਾਚਾ ਜੀ ਰਵਜੋਤ ਦੇ ਦਾਖਲ ਸੀਗੇ ਜੀ, ਮੈਂ ਬਟਾਲੇ ਤੋਂ ਆਇਆ ਉਹਨਾਂ ਨੂੰ ਦੇਖਣ, ਹਨੇਰਾ ਹੋ ਗਿਆ ਜ਼ਿਆਦਾ, ਉੱਧਰ ਅਵਾਰਾ ਡੰਗਾ ਨਹੀਂ ਹੁੰਦੇ, ਉਹ ਮਾਰੀਆ ਹੋਏ, ਮੈਂ ਮਾਰੀਆ ਕੱਟ ਮਾਰਿਆ ਗੱਡੀ ਥੱਲੇ। ਗੱਡੀ ਤੁਸੀਂ ਚਲਾਉਂਦੇ ਸੀ? ਹਾਂਜੀ। ਕਿੰਨੇ ਜਣੇ ਸੀ? 3 ਜਣੇ। ਮੌਤ ਵੀ ਹੋਈ ਤੁਸੀਂ? ਹਾਂਜੀ, ਇੱਕ ਦੀ। ਕਿੰਨੀ ਉਮਰ ਸੀ ਉਹਨਾਂ ਦੀ? 55 ਸਾਲ। ਹੋਰ ਕੌਣ ਕੌਣ ਸੀ ਗੱਡੀ 'ਚ? ਇੱਕ ਮੁੰਡਾ ਹੋਰ ਸੀ ਪਿੰਡ ਦਾ ਜੀ। ਅੱਛਾ ਜੀ, ਗੱਡੀ ਡਿੱਗੀ ਕਿੱਥੇ ਆ ਜੀ? ਆ ਪੁਲ ਦੇ ਨਾਲ ਹੀ ਪਿਓ ਲਈ ਬਣਿਆ। ਬੈੜਾ ਆਇਆ ਮੁਰੇ? ਬੱਛੀ ਸੀ ਛੋਟੀ ਬਛੂਰ ਜੀ ਆ। ਕਿੰਨੇ ਕੁ ਵਜੇ ਦੀ ਗੱਲ ਹੈ ਜੀ? 11 ਤੋਂ 12 ਵਜੇ ਵੇਚਦੀ ਹੂੰ। ਰਾਤ ਦੀ? ਹਾਂਜੀ ਰਾਤ ਦੀ। ਇਹ ਕੱਲ੍ਹ ਰਾਤ 12:30 ਵਜੇ ਭੰਗੀ ਪੁਲ ਤੋਂ ਸਾਡੇ ਪਿੰਡ ਦੇ ਜਾ ਰਹੇ ਸੀਗੇ ਪਿੰਡ ਨੂੰ, ਆਪਣੇ ਭਰਾ ਦੀ ਖਬਰ ਲੈ ਕੇ ਹਸਪਤਾਲ ਜੋੜ ਦਾਖਲ ਆ ਅਤੇ ਉੱਥੇ ਅਵਾਰਾ ਪਸ਼ੂ ਇੰਨੇ ਸੜਕ 'ਚ ਘੁੰਮ ਰਹੇ ਸੀ, ਉਹਨਾਂ ਨੂੰ ਬਚਾਉਂਦੇ ਬਚਾਉਂਦੇ ਇਹਨਾਂ ਦੀ ਗੱਡੀ ਥੱਲੇ ਡਿੱਗ ਗਈ, ਪੁਲ ਤੋਂ ਥੱਲੇ ਡਿੱਗੀ ਬੰਨ ਤੋਂ, ਉਹ ਡਿੱਗਣ ਹਰਜੀਤ ਦੀ ਡੈਥ ਹੋ ਗਈ ਤਾਂ 2 ਵਿਅਕਤੀ ਸਾਡੇ ਪਿੰਡ ਦੇ ਜਿਹੜੇ ਫੱਟਰ ਹੋ ਗਏ। ਔਰ ਸਰਕਾਰ ਨੂੰ ਬਿਲਕੁਲ ਨਹੀਂ ਧਿਆਨ ਦੇ ਰਹੀ, ਸ਼ਹਿਰ ਦੇ ਵਿੱਚ ਅਵਾਰਾ ਪਸ਼ੂ ਘੁੰਮ ਰਹੇ ਆ, ਰੋਡਾਂ 'ਤੇ ਅਵਾਰਾ ਪਸ਼ੂ ਘੁੰਮ ਰਹੇ ਆ, ਚਿੰਤਪੁਰਨੀ ਮੇਲੇ ਸ਼ੁਰੂ ਹੋਏ ਆ, ਵੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਵੀ ਜਿੰਨੇ ਵੀ ਅਵਾਰਾ ਪਸ਼ੂ ਇਹਨਾਂ ਦਾ ਕੋਈ ਇੰਤਜ਼ਾਮ ਕੀਤਾ ਜਾਵੇ, ਔਰ ਬਹੁਤ ਹੀ ਕੀਮਤੀ ਜਾਨਾਂ ਜਾ ਰਹੀਆਂ ਹੁਸ਼ਿਆਰਪੁਰ ਦੇ ਆਲੇ ਦੁਆਲੇ। ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਕਿ ਜਿੰਨੇ ਵੀ ਅਵਾਰਾ ਪਸ਼ੂ ਇਹਨਾਂ ਦਾ ਕੋਈ ਨਾ ਕੋਈ ਉਚਿਤ ਪ੍ਰਬੰਧ ਕੀਤਾ ਜਾਵੇ। ਕਿੰਨੀ ਉਮਰ ਸੀ ਅਤੇ ਕੀ ਕੰਮ ਕਰਦੇ ਸੀ ਇਹਨਾਂ ਦੀ ਮੌਤ ਹੋਈ ਹੈ? ਇਹ ਜਿਹੜੇ ਜਿਹਨਾਂ ਦੀ ਡੈਥ ਹੋਈ ਹਰਜੀਤ ਸਿੰਘ ਜੀ, ਇਹਨਾਂ ਦੀ ਉਮਰ 55 ਸਾਲ ਸੀ, ਤੋਂ ਖੇਤੀਬਾੜੀ ਦਾ ਕੰਮ ਕਰਦੇ ਸੀਗੇ। ਠੀਕ ਹੈ ਜੀ। ਅਤੇ ਕੁੱਲ 3 ਜਣੇ ਸੀ ਕਾਰ ਦੇ ਵਿੱਚ? 3 ਜਣੇ ਸੀਗੇ। ਕਾਰ ਵੀ ਬੁਰੀ ਤਰ੍ਹਾਂ ਨੁਕਸਾਨ? ਕਾਰ ਬਿਲਕੁਲ ਡੈਮੇਜ ਹੋ ਗਈ, 100% ਲੋਸ ਹੋ ਗਈ। ਕਿੰਨੀ ਕੁ ਡੂੰਘੀ ਖੱਡ 'ਚ ਜਿਹੜੀ ਡਿੱਗੀ? ਘੱਟੋ ਘੱਟ 25 ਫੁੱਟ ਡੂੰਘੀ ਆ।
ਮੈਨੂੰ 12:30 ਫੋਨ ਆਇਆ ਸੀਗਾ, ਮੇਰੇ ਕਿਸੇ ਦੋਸਤ ਨੇ ਫੋਨ ਕੀਤਾ, ਉਹਨੇ ਦੱਸਿਆ ਕਿ ਇੱਥੇ ਗੱਡੀ ਡਿੱਗੀ ਹੋਈ ਆ, ਜਿਹੜਾ ਬੰਦਾ ਬਾਹਰ ਇੱਕ ਫੱਟਰ ਪਿਆ ਉਹ ਕਹਿੰਦਾ ਮੈਂ ਹਰ ਦੁਕਾਨ ਪੁੱਛਦਾ। ਫਿਰ ਮੈਂ ਕਿਹਾ ਗੱਲ ਕਰਾ ਦੇ ਮੇਰੀ ਇਹਨਾਂ। ਫਿਰ ਜਦੋਂ ਉਹਨੇ ਗੱਲ ਕਰਾਈ, ਇਹਨਾਂ ਨਾਂ ਦੱਸਿਆ, ਮੈਂ ਕਿਹਾ ਮੈਂ ਆਇਆ ਤੁਹਾਡੇ ਘਰ ਸੁਨੇਹਾ ਦੇ ਕੇ, ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਨਾਲ ਲੈ ਕੇ ਆਉਂਦਾ। ਫਿਰ ਮੈਂ ਉੱਥੇ ਮੌਕੇ 'ਤੇ ਪਹੁੰਚਿਆ ਰਾਤ 12:30 ਫੋਨ ਆਇਆ ਸੀਗਾ ਵੀ ਕਾਰ ਭੰਗੀ ਚੂਹ ਦੇ ਹੇਠਾਂ ਡਿੱਗ ਪਈ ਆ, ਅਤੇ ਜਿੱਥੇ ਮੌਕੇ 'ਤੇ ਪਹੁੰਚੇ ਸੀਗੇ ਸੜਕ ਸੁਰੱਖਿਆ ਫੋਰਸ ਵੀ ਪਹੁੰਚ ਗਈ ਸੀ ਮੌਕੇ 'ਤੇ, ਅਤੇ ਬਾਕੀ ਉਹਨਾਂ ਦੀ ਮਦਦ ਨਾਲ ਇਹਨਾਂ ਨੂੰ ਜ਼ਖਮੀਆਂ ਨੂੰ ਤਿੰਨ ਵਿਅਕਤੀ ਸੀਗੇ, ਇੱਕ ਦੀ ਮੌਤ ਹੋ ਗਈ ਸੀਗੀ ਮੌਕੇ 'ਤੇ, ਦੋ ਜ਼ਖਮੀ ਸੀ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਬਾਕੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਬਿਆਨਾਂ 'ਤੇ ਕਾਰਵਾਈ ਕਰ ਰਹੇ ਹਾਂ। ਕਿੱਥੇ ਹੋਇਆ ਹਾਦਸਾ ਜਾਂ ਕੁਛ ਕਾਰਨ? ਭੰਗੀ ਪੁਲ 'ਤੇ ਲੱਗੇ ਹੋਇਆ ਕਿ ਅਵਾਰਾ ਪਸ਼ੂ ਆਉਣ ਕਰਕੇ ਗਾਰ ਬੇਕਾਬੂ ਹੋ ਗਈ ਉਹਨੇ, ਇਸ ਕਰਕੇ ਭੰਗੀ ਪੁਲ 'ਤੇ ਹੇਠਾਂ ਡਿੱਗ ਪਈ। ਕਿੰਨੇ ਵਿਅਕਤੀ ਸੀਗੇ ਸਵਾਰ? 3 ਜੀ 3।